ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਔਰ ਨਮਸਕਾਰ ਦੋਸਤੋ। ਅੱਜ ਦੀ ਪੰਜਾਬੀ ਬੈਠਕ ਦੇ ਵਿੱਚ ਤੁਹਾਡੀ ਇੱਕ ਮੁਲਾਕਾਤ ਐਸੀ ਖਾਸ ਸ਼ਖਸੀਅਤ ਨਾਲ ਕਰਾਵਾਂਗੇ ਜਿਹੜੇ ਅੱਜ ਕੱਲ੍ਹ ਰਹਿ ਅਤੇ ਮੋਹਾਲੀ ਰਹੇ ਹਨ, ਮੋਹਾਲੀ ਇੰਡੀਆ ਦੇ ਵਿੱਚ, ਲੇਕਿਨ ਉਹ ਜੰਮਪਲ ਹਨ ਡਿਸਟ੍ਰਿਕਟ ਲਾਹੌਰ ਦਾ। ਭਲੇ ਪਾਰਟੀਸ਼ਨ ਦੇ ਵੇਲੇ ਉਹਨਾਂ ਦੀ ਉਮਰ ਕੋਈ 3-4 ਸਾਲ ਸੀ, ਲੇਕਿਨ ਉਹਨਾਂ ਨੇ ਪਾਰਟੀਸ਼ਨ ਨੂੰ ਕਿਵੇਂ ਦੇਖਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਹਯਾਤੀ ਦੇ ਅੰਦਰ ਇਹ ਪਾਰਟੀਸ਼ਨ ਦਾ ਦੁਖਾਂਤ ਕਿਵੇਂ ਚੱਲਿਆ, ਇੱਧਰ ਉੱਧਰ ਦੇ ਪੰਜਾਬੀਆਂ ਦੀ ਇਕਨੋਮਿਕ ਪੋਜੀਸ਼ਨ ਕਿਵੇਂ ਬਿਹਤਰ ਹੋ ਸਕਦੀ ਹੈ, ਇਹਨਾਂ 'ਤੇ ਵੀ ਗੱਲ ਕਰਾਂਗੇ। ਔਰ ਖਾਸ ਉਹਨਾਂ ਨਾਲ ਜਿਹੜੀ ਗੱਲ ਕਰਾਂਗੇ, ਉਹ ਆਪਣੇ ਆਪ ਨੂੰ ਹਮੇਸ਼ਾ ਖੱਗਾ ਹੋਇਆ ਬੂਟਾ ਕਹਿੰਦੇ ਨੇ। ਖੱਗਾ ਹੋਇਆ ਉਹ ਹੁੰਦਾ ਕਿ ਜਿਹੜਾ ਕਿਸੇ ਚੀਜ਼ ਤੋਂ, ਕਿਸੇ ਜਗ੍ਹਾ ਤੋਂ ਉਸਨੂੰ ਮਿੱਟੀ ਸਮੇਤ ਪੁੱਟ ਲਿਆ ਜਾਂਦਾ ਹੈ ਔਰ ਉਸਨੂੰ ਨਵੀਂ ਜਗ੍ਹਾ 'ਤੇ ਆਬਾਦ ਕੀਤਾ ਜਾਂਦਾ ਹੈ। ਸੋ ਇਸ ਦੁਖਾਂਤ ਨੂੰ ਕਿਵੇਂ ਉਹ ਦੇਖਦੇ ਹਨ, ਅੱਜ ਤੁਹਾਨੂੰ ਇਹ ਸੁਣਾਵਾਂਗੇ। ਮੇਰੀ ਮੁਰਾਦ ਹੈ ਗੁਰਜੀਤ ਸਿੰਘ ਸਿੱਧੂ ਸਾਹਿਬ ਉਹਨਾਂ ਨਾਲ ਗੱਲਬਾਤ ਤੁਹਾਡੀ ਕਰਾਉਣਾ ਹੈ। ਜੀ ਆਇਆਂ ਨੂੰ ਸਰ। ਜੀ ਆਇਆਂ ਨੂੰ ਜੀ, ਵਾਲੇਕੁਮ ਸਲਾਮ। ਮੈਂ ਸੁਣਨ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਸਿੱਧੂ ਸਾਹਿਬ ਦਾ ਜੰਮਪਲ ਹੈ ਲਹਿੰਦੇ ਪੰਜਾਬ ਦੀ ਤਹਿਸੀਲ ਚੂਨੀਆ, ਜਿਹੜੀ ਅੱਜ ਡਿਸਟ੍ਰਿਕਟ ਕਸੂਰ ਦੇ ਵਿੱਚ ਵਾਕਿਆ ਹੈ, ਔਰ ਇੱਕ ਅਗਰੇਰੀਅਨ ਲੈਂਡ ਹੈ ਚੂਨੀਆ ਦੀ। ਪੂਰੀ ਤਹਿਸੀਲ ਦੇਖੀਏ, ਪੂਰਾ ਕਸੂਰ ਦੇਖੀਏ ਜਾਂ ਕਿ ਪੂਰਾ ਪੰਜਾਬ ਦੇਖੀਏ, ਅਤੇ ਜੰਮਪਲ ਇਹਨਾਂ ਦਾ ਇੱਕ ਜ਼ਿਮੀਦਾਰ ਘਰਾਣੇ ਦੇ ਅੰਦਰ ਹੁੰਦਾ ਹੈ। ਉਸ ਤੋਂ ਬਾਅਦ ਵਾਪਰਦੀ ਹੈ 47, ਔਰ 47 ਤੋਂ ਬਾਅਦ ਨਵੇਂ ਜਿਵੇਂ ਬਦਲੇ ਉੱਧਰ ਦੇ ਇੱਧਰ ਅਤੇ ਇੱਧਰ ਦੇ ਉੱਧਰ, ਅਤੇ ਇਹ ਜਿਹੜੀਆਂ ਨਵੀਆਂ ਹੱਦਾਂ ਸਰਹੱਦਾਂ ਬਣੀਆਂ ਉਹਨਾਂ 'ਤੇ ਵੀ ਗੱਲ ਕਰਾਂਗੇ। ਲੇਕਿਨ ਗੁਰਜੀਤ ਸਾਹਿਬ ਦਾ ਇਹ ਮੰਨਣਾ ਹੈ ਕਿ ਜੋ ਹੋਇਆ ਉਹ ਹੋ ਗਿਆ, ਉਹ ਸਾਡੇ ਜਿਸਮਾਂ ਨੇ, ਸਾਡੇ ਜੁੱਸਿਆਂ ਨੇ ਉਸਨੂੰ ਸਹਿਆ। ਪੰਜਾਬੀਆਂ ਲਈ ਅੱਗੇ ਕੀ ਹੈ, ਅਸੀਂ ਇਹ ਦੇਖਣਾ ਹੈ ਪੰਜਾਬੀ ਦਾ ਅੱਜ ਕੀ ਹੈ। ਸੋ ਗੁਰਜੀਤ ਸਾਹਿਬ ਸਰ, ਕੁਛ ਦੱਸੋ ਆਪਣੇ ਜੰਮਪਲ ਦੇ ਬਾਰੇ, ਕਿੱਥੇ ਜੰਮੇ ਜਾਏ, ਅਤੇ ਕੁਛ ਆਪਣੀ ਫੈਮਿਲੀ ਬਾਰੇ ਪਲੀਜ਼ ਦੱਸੋ ਤੁਸੀਂ। ਮੇਰਾ ਜਨਮ ਜੀ ਕਮਾਇਆ ਪਿੰਡ, ਜਿਹੜਾ ਤਕਰੀਬਨ ਲਾਹੌਰ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸੀ, ਉੱਥੇ ਮੇਰਾ ਨਾਨਕਾ ਪਿੰਡ ਸੀ ਕਮਾਇਆ, ਔਰ ਉੱਥੇ ਮੇਰਾ ਜਨਮ ਹੋਇਆ 29 ਜੂਨ 1943 ਨੂੰ, ਔਰ ਉਸ ਧਰਤੀ 'ਤੇ ਮੈਂ ਜਨਮ ਲਿਆ ਔਰ 4-4.5 ਸਾਲ ਮੈਂ ਆਪਣੀ ਜ਼ਿੰਦਗੀ ਦੇ ਉੱਥੇ ਗੁਜ਼ਾਰੇ। ਔਰ ਉਸ ਜ਼ਮਾਨੇ 'ਚ ਜਿਹੜੇ ਛੋਟੇ ਬੱਚੇ ਹੁੰਦੇ ਸਨ ਉਹਨਾਂ ਨੂੰ 5-6 ਸਾਲ ਦੀ ਉਮਰ ਤੱਕ ਬਹੁਤੀ ਸੰਭਾਲ ਨਹੀਂ ਸੀ ਹੁੰਦੀ, ਕਿਉਂਕਿ ਅੱਜ ਟੈਲੀਵਿਜ਼ਨ ਦਾ ਯੁੱਗ ਹੈ, ਉਹੀ ਇੱਕ ਬਜ਼ੁਰਗ ਦੇਖ ਰਿਹਾ ਉਸ ਟੈਲੀਵਿਜ਼ਨ ਨੂੰ, ਉਹੀ ਇੱਕ ਬੱਚਾ ਦੇਖ ਰਿਹਾ, ਮਗਰ ਉਹਨਾਂ ਦਿਨਾਂ ਦੇ ਵਿੱਚ ਇਹਨਾਂ 'ਚੋਂ ਕੋਈ ਸਹੂਲੀਅਤ ਵੀ ਜਿਹੜੀ ਸੀ ਉਹ ਸਾਨੂੰ ਮੁਯੱਸਰ ਨਹੀਂ ਸੀ, ਅਤੇ ਜਿਹੜੇ ਬੱਚੇ ਸਨ ਉਹਨਾਂ ਦੇ ਵਿੱਚ ਭੋਲਾਪਨ ਅੱਜ ਦੇ ਬੱਚੇ ਦੇ ਬਨਿਸਬਤ ਬਹੁਤ ਜ਼ਿਆਦਾ ਸੀ। ਠੀਕ ਹੈ। ਅੱਛਾ ਗੁਰਜੀਤ ਸਾਹਿਬ, ਤੁਹਾਡੀ ਤੁਸੀਂ ਦੱਸਿਆ ਹੈ ਕਿ ਤੁਸੀਂ ਛੋਟੀ ਹੀ ਏਜ ਸੀ, 4 ਸਾਲ ਦੀ ਉਮਰ ਸੀ, 41 ਦੀ ਤੁਹਾਡਾ ਜੰਮਪਲ ਤੁਸੀਂ ਦੱਸਿਆ? ਬਾਕੀ ਰਿਸ਼ਤੇਦਾਰ ਹੋਣੇ, ਬਾਕੀ ਲੋਕ ਹੋਣੇ, ਮਾਪੇ ਹੋਣੇ ਆ, ਇਹਨਾਂ ਤੂੰ ਜਿਹੜਾ ਕਮਾਹਾ ਪਿੰਡ ਦਾ ਤੁਹਾਡੀ ਜਿਹੜਾ ਪੁਰਾਣੀ ਫੈਮਿਲੀ ਬੈਕਗਰਾਉਂਡ ਹੈ ਉਹ ਕੀ ਨਕਸ਼ਾ ਖਿੱਚਦੇ? ਨਾਨਕਾ ਪਿੰਡ ਸੀ ਜੀ, ਇਹ ਤਕਰੀਬਨ 5 ਜਨਰੇਸ਼ਨ ਉੱਪਰੋਂ ਇਹ ਕੁਮੇਦਾਨ, ਜਿਹਨੂੰ ਕਿ ਕੈਂਪ ਕਮਾਂਡੈਂਟ ਵੀ ਕਹਿੰਦੇ ਨੇ, 6th ਜਨਰੇਸ਼ਨ ਇਹਨਾਂ ਦੀ ਸੀ, ਅਤੇ ਜਿਹੜੇ ਮੇਰੇ ਮਦਰ ਦੇ ਪੜਦਾਦਾ ਜੀ ਸਨ ਸਰਦਾਰ ਵਧਾਵਾ ਸਿੰਘ, ਔਰ ਨਵਾਂ ਪਿੰਡ ਔਰ ਉਹਨਾਂ ਦੇ ਨਾਂ 'ਤੇ ਕੋਟ ਵਧਾਵਾ ਸਿੰਘ, 500 ਏਕੜ ਦੀ ਜਿਹੜੀ ਜਗੀਰ ਸੀ ਇਹ ਬ੍ਰਿਟਿਸ਼ ਗੌਰਮੈਂਟ ਵੱਲੋਂ ਉਹਨਾਂ ਨੂੰ ਐਜ਼ ਏ ਮਿਲਟਰੀ ਅਫਸਰ ਮਿਲੀ ਸੀ, ਕਿਉਂਕਿ ਉਹ ਰਸਾਲਦਾਰ ਸਨ, ਔਰ ਉਹਨਾਂ ਦੇ ਜਿਹੜੇ ਅੱਗੋਂ ਲੜਕੇ ਮੇਰੇ ਮਦਰ ਦੇ
ਦਾਦਾ ਜੀ ਸਰਦਾਰ ਬਹਾਦਰ ਕੈਪਟਨ ਕਿਸ਼ਨ ਸਿੰਘ ਸਨ, ਉਹ 1918 ਦੀ ਜੰਗ 'ਚ ਉਹਨਾਂ ਨੂੰ ਮਿਲਟਰੀ ਕਰੋਸ ਅਵਾਰਡ ਹੋਇਆ ਸੀ। ਉਹ ਆਪਣੇ ਪੰਜਾਬ ਦੇ ਗਵਰਨਰ ਦੇ ਡੀਸੀ ਵੀ ਸਨ ਔਰ ਡੈਕੋਰੇਟਡ ਸੋਲਜਰ ਵੀ ਸਨ, ਆਨਰੇਰੀ ਮੈਜਿਸਟ੍ਰੇਟ ਲਾਹੌਰ ਸਨ, ਪ੍ਰੈਜ਼ੀਡੈਂਟ ਡਿਸਟ੍ਰਿਕਟ ਸੋਲਜਰ ਬੋਰਡ। ਉਹ ਇੱਕ ਬੜੀ ਡਿਸਟਿੰਗੁਇਸ਼ ਪਰਸਨੈਲਿਟੀ ਸੀ ਡਿਸਟ੍ਰਿਕਟ ਲਾਹੌਰ ਦੀ, ਔਰ ਕਿਉਂਕਿ ਉਹਨਾਂ ਦੀ ਉੱਪਰੋਂ 5-6 ਜਨਰੇਸ਼ਨ ਜਿਹੜੀਆਂ ਨੇ ਉਹਨਾਂ 'ਚ ਮਿਲਟਰੀ ਡਿਸਿਪਲਿਨ ਵੀ ਸੀ ਔਰ ਜ਼ਿੰਦਗੀ ਦਾ ਸਾਹਮਣਾ ਕਰਨ ਦਾ ਵੀ, ਕਿਉਂਕਿ ਵਾਰ ਦੇ ਵਿੱਚ ਜਦੋਂ ਆਦਮੀ ਜਾਂਦਾ ਹੈ ਤਾਂ ਉਹਨੂੰ ਬਹੁਤ ਆਪਣੇ ਦਿਮਾਗ ਦੇ ਨਾਲ, ਦਿਲ ਦੇ ਨਾਲ ਔਰ ਆਪਣੀ ਜ਼ੁਰਤ ਦੇ ਨਾਲ ਦੁਸ਼ਮਣ ਦਾ ਸਾਹਮਣਾ ਕਰਨਾ ਪੈਂਦਾ। ਸੋ ਉਹਨਾਂ ਦੇ ਵਿੱਚ ਇਹ ਸਾਰੇ ਗੁਣ, ਇੱਕ ਆਪਣੀ ਫੈਮਿਲੀ ਕਰਕੇ ਔਰ ਇੱਕ ਮਿਲਟਰੀ ਟ੍ਰੇਨਿੰਗ ਕਰਕੇ ਘੁੱਟ ਘੁੱਟ ਕੇ ਉਹਨਾਂ 'ਚ ਭਰੇ ਹੋਏ ਸਨ। ਗੁਰਜੀਤ ਸਾਹਿਬ, ਠੀਕ ਹੈ, ਫੈਮਿਲੀ ਬੈਕਗਰਾਉਂਡ ਦਾ ਤੁਹਾਡਾ ਥੋੜ੍ਹਾ ਪਤਾ ਚੱਲਾ, ਤੁਹਾਡੀ ਆਪਣੀ ਲਾਈਫ ਜਿਹੜੀ ਯਕੀਨਨ ਤੁਸੀਂ ਚੜ੍ਹਦੇ ਪੰਜਾਬ ਦੇ ਵਿੱਚ ਜਾ ਕੇ ਸਟਾਰਟ ਕੀਤੀ, ਕਿੱਥੇ ਪੜ੍ਹੇ ਲਿਖੇ ਔਰ ਜਿਹੜੇ ਤੁਹਾਡੇ ਸਾਥੀ ਸਨ ਉਹ ਵੀ ਕਿਆ ਇੱਥੋਂ ਕੋਈ ਨਾਲ ਮਾਈਗ੍ਰੇਟ ਕਰਕੇ ਗਏ ਸਨ ਉਹਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਇਲਾਕਿਆਂ ਦੇ ਵਿੱਚ, ਜਾਂ ਉਹ ਉੱਥੋਂ ਦੇ ਲੋਕਲ ਸਨ? ਔਰ ਕਿਆ ਇਹ ਜਿਹੜੀ ਮਾਈਗ੍ਰੇਸ਼ਨ ਹੋਈ ਇਸ ਦਾ ਔਰ ਉੱਥੋਂ ਦੇ ਲੋਕਲ ਹੋਣ ਦਾ ਕੋਈ ਡਿਫਰੈਂਸ ਹੈ ਸੀ ਜਾਂ ਉਸ ਵੇਲੇ ਨਹੀਂ ਸੀ? ਜ਼ਮੀਨ ਅਸਮਾਨ ਦਾ ਅੰਤਰ ਸੀ ਜੀ, ਕਿਉਂਕਿ ਸਾਡੀ ਜਿਹੜੀ ਸਾਂਝ ਸੀ ਉਹ ਸਾਰੇ ਪੰਜਾਬ ਦੀ ਸੀ, ਨਾ ਕੋਈ ਲਹਿੰਦਾ ਸੀ ਤੇ ਨਾ ਕੋਈ ਚੜ੍ਹਦਾ ਸੀ ਜੀ। ਬਿਲਕੁਲ ਸੋਹਣੀ ਗੱਲ। ਸਾਡੀ ਬੋਲੀ, ਸਾਡਾ ਪਹਿਰਾਵਾ, ਸਾਡੀ ਸੋਚ, ਸਾਡੀਆਂ ਸਾਂਝਾਂ, ਸਾਡੀ ਹਰ ਇੱਕ ਚੀਜ਼ ਜੋ ਸਾਡੇ ਜੀਵਨ ਦੇ ਨਾਲ ਜੁੜੀ ਹੋਈ ਸੀ ਉਹ ਇੱਕ ਭੂਚਾਲ ਵਾਂਗੂ ਪਾਰਟੀਸ਼ਨ ਦਾ ਸਾਡੇ ਲੋਕਾਂ ਦੀ ਜ਼ਿੰਦਗੀ 'ਤੇ ਅਸਰ ਹੋਇਆ, ਕਿਉਂਕਿ ਜਿਹੜੀ ਸਾਡੀ ਸਦੀਆਂ ਦੀ ਸਾਂਝ ਸੀ, ਜਿਹੜਾ ਇੱਕ ਸਦੀਆਂ ਦੀ ਸਾਡੀ ਫਰੈਂਡਸ਼ਿਪ ਸੀ, ਦੋਸਤਾਨਾ ਸੀ, ਦੁੱਖ ਸੁੱਖ ਦੀ ਸਾਂਝ ਸੀ, ਉਹ ਬਿਲਕੁਲ ਖੇਰੋਂ ਖੇਰੋਂ ਹੋ ਕੇ ਰਹਿ ਗਈ। ਅਤੇ ਅਸੀਂ ਸਿਰਫ ਇੱਥੋਂ ਤੱਕ ਸਾਡੀ ਸੋਚ ਮਹਿਦੂਦ ਹੋ ਗਈ ਸੀ ਕਿ ਸ਼ਾਮ ਦੀ ਰੋਟੀ ਕਿੱਥੋਂ ਆਉਣੀ ਹੈ, ਕੱਪੜਾ ਕਿੱਥੋਂ ਆਉਣਾ ਹੈ। ਅਤੇ ਇਸ ਕਰਕੇ ਇੱਕ ਬੜਾ ਵੱਡਾ ਇਹ ਹਾਦਸਾ ਸੀ ਸਾਡੀ ਜ਼ਿੰਦਗੀ ਦਾ। ਇਸ ਹਾਦਸੇ ਦੀ ਪੂਰੀ ਪਹਿਚਾਣ ਉਹਨਾਂ ਲੋਕਾਂ ਨੂੰ ਵੀ ਹੈ ਜਿਨ੍ਹਾਂ ਨੇ ਆਪਣੇ ਜੁੱਸੇ 'ਤੇ ਇਸ ਨੂੰ ਆਪਣੇ ਦਿਮਾਗ ਦੇ ਉੱਪਰ ਹੰਢਾਇਆ। ਔਰ ਮੈਂ ਫਿਰ ਵੀ ਉਹਨਾਂ ਲੋਕਾਂ ਨੂੰ ਬਹੁਤ ਖੁਸ਼ਕਿਸਮਤ ਸਮਝਣਾ ਜਿਨ੍ਹਾਂ ਦਾ ਕੋਈ ਘਰ ਦਾ ਜੀ ਨਹੀਂ ਉਹਨਾਂ ਤੋਂ ਖੁਸ਼ਿਆ, ਮਾਵਾਂ ਤੋਂ ਉਹਨਾਂ ਦੇ ਪੁੱਤਰ ਵਿਛੜ ਗਏ, ਭਰਾਵਾਂ ਤੋਂ ਉਹਨਾਂ ਦੇ ਭਰਾ ਵਿਛੜ ਗਏ, ਔਰ ਜਿਹੜੇ ਹਮਸਾਇਆ ਸਨ, ਜਿਹੜੇ ਸਾਡੇ ਨਾਲ ਸਦੀਆਂ ਤੋਂ ਜਿਨ੍ਹਾਂ ਦੇ ਨਾਲ ਸਾਡੀ ਸਾਂਝ ਸੀ, ਉਹ ਸਾਡੀ ਨਜ਼ਰ ਤੋਂ ਦੂਰ ਹੋ ਗਏ, ਸਾਡੇ ਦਿਲ 'ਚ ਜ਼ਰੂਰ ਵੱਸਦੇ ਸਨ। ਜਦੋਂ ਕੋਈ ਬੰਦਾ ਤੁਹਾਡੀ ਨਜ਼ਰ ਤੋਂ ਦੂਰ ਹੋ ਜਾਏ ਮਗਰ ਤੁਹਾਡੇ ਦਿਲ 'ਚ ਵੱਸੇ, ਇਹ ਚੀਜ਼ ਜਿਹਨੇ ਹੰਢਾਈ ਹੋਵੇ ਉਹੀ ਆਦਮੀ ਤੁਹਾਡੇ ਨਾਲ ਇਹਨਾਂ ਚੀਜ਼ਾਂ ਦੀ ਸਾਂਝ ਕਰ ਸਕਦਾ। ਜਿਹੜੇ ਚੀਜ਼ ਨੇ, ਜਿਹੜੇ ਇਨਸਾਨ ਨੇ ਇਹਨਾਂ ਹਾਦਸਿਆਂ ਨੂੰ ਆਪਣੇ ਪਿੰਡੇ 'ਤੇ ਨਹੀਂ ਹੰਢਾਇਆ, ਉਹ ਇਸ ਹਾਦਸੇ ਨੂੰ ਕਦੇ ਵੀ ਮਹਿਸੂਸ ਨਹੀਂ ਕਰ ਸਕਦਾ। ਗੁਰਜੀਤ ਸਾਹਿਬ, ਤੁਸੀਂ ਜਿਵੇਂ ਕਿ ਦੱਸਿਆ ਕਿ ਤੁਹਾਡਾ ਫੈਮਿਲੀ ਬੈਕਗਰਾਉਂਡ ਇੱਕ ਲੈਂਡਲਾਰਡ ਘਰਾਣੇ ਤੁਸੀਂ, ਲੇਕਿਨ ਜਦੋਂ ਪਾਰਟੀਸ਼ਨ ਆਉਂਦੀ ਹੈ ਤਾਂ ਤੁਸੀਂ ਤੇ ਮੁਰੱਬਿਆਂ ਦੇ ਮਾਲਕ ਸੀ, ਉਸ ਤੋਂ ਬਾਅਦ ਕਿਆ ਤੁਹਾਡੀ ਉਸ ਸਾਈਡ 'ਤੇ ਅਲਾਟਮੈਂਟ ਜਿਹਨਾਂ ਏਰੀਆਜ਼ ਦੇ ਵਿੱਚ ਤੁਸੀਂ ਜਾ ਕੇ ਵੱਸੇ ਉਹ ਅਲਾਟਮੈਂਟ ਉਸਦੇ ਅਗੇਂਸਟ ਤੁਹਾਨੂੰ ਨਹੀਂ ਮਿਲੀ ਸੀ? ਸਭ ਤੋਂ ਵੱਡੀ ਤਾਂ ਜੀ ਜਿਹੜੀ ਆਰਜ਼ੀ ਅਲੋਟਮੈਂਟ ਇਹਨਾਂ ਕੀਤੀ ਸੀ, ਇਰਰਿਸਪੈਕਟਿਵ ਕਿ ਕਿਸੇ ਦੀ ਇੱਥੇ ਕਿੰਨੀ ਹੋਲਡਿੰਗ ਸੀ, ਇਹਨਾਂ ਨੇ 10 ਏਕੜ ਤੋਂ ਜ਼ਿਆਦਾ ਕਿਸੇ ਨੂੰ ਨਹੀਂ ਦਿੱਤੀ। ਠੀਕ ਹੈ। ਇਸ ਕਰਕੇ ਜਿਹੜੇ ਆਦਮੀ ਕੁਛ ਭੁੱਖੀ ਨੇਚਰ ਦੇ, ਥੋੜ੍ਹੇ ਜਿਹੇ ਕ੍ਰਾਫਟੀ ਸਨ, ਉਹਨਾਂ ਨੇ
ਪੂਰੇ ਪਰਿਵਾਰ ਨੇ ਇੱਕ ਇੰਡੀਵਿਜੁਅਲ ਦੇ ਨਾਂ ਤੇ 10-10 ਏਕੜ ਉਹਨਾਂ ਨੇ ਜ਼ਮੀਨ ਜਿਹੜੀ ਸੀ ਉਹਨਾਂ ਦੇ ਕੋਲ ਕਮ ਸੇ ਕਮ ਵੀ ਕਿਸੇ ਕੋਲ 40 ਏਕੜ ਹੋ ਗਈ, ਕਿਸੇ ਕੋਲ 50 ਏਕੜ ਹੋ ਗਈ। ਜਿਹੜੇ ਸਰਦੇ ਪੁੱਜਦੇ ਬੰਦੇ ਸਨ ਉਹ ਡਰੇ ਰਹੇ ਕਿ ਅਸੀਂ ਅਗਰ ਹੈੱਡ ਦੀ ਬਜਾਏ ਸਾਰਿਆਂ ਦੇ ਨਾਵਾਂ ਤੇ ਲਵਾਂਗੇ ਤੇ ਉਹ 10 ਏਕੜ ਜ਼ਮੀਨ ਤੇ ਮਹਿਦੂਦ ਹੋ ਗਏ। ਦੂਸਰਾ ਵੱਡਾ ਘਾਟਾ ਇਹ ਸੀ ਕਿ ਉਹਨਾਂ ਨੇ ਕਦੀ ਖੁਦ ਕਾਸ਼ਤ ਨਹੀਂ ਸੀ ਕੀਤੀ। ਇੱਥੇ ਮੁਜ਼ਾਰੇ ਹੁੰਦੇ ਸਨ, ਸਾਰੀ ਖੇਚਲ ਉਹਨਾਂ ਦੀ ਹੁੰਦੀ ਸੀ, ਜਿਹੜੀ ਇਨਵੈਸਟਮੈਂਟ ਸੀ ਉਹ ਮਾਲਕ ਦੀ ਹੁੰਦੀ ਸੀ। ਤੇ ਇਸ ਕਰਕੇ ਜਿਹੜਾ ਸਿਸਟਮ ਸੀ ਉਹ ਬਿਲਕੁਲ ਜਿਹੜਾ ਸੀ ਬਿਖਰ ਕੇ ਰਹਿ ਗਿਆ। ਤੇ ਸਭ ਤੋਂ ਘੱਟ ਜ਼ਿਆਦਾ ਜਿਹੜੇ ਇੱਥੇ ਸਭ ਤੋਂ ਜ਼ਿਆਦਾ ਜਿਹਨਾਂ ਦੀ ਜ਼ਮੀਨ ਸੀ ਉਹਨਾਂ 'ਤੇ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਅਸਰ ਹੋਇਆ। ਔਰ ਜੇ ਇਹ ਜਿਹੜੀ ਆਰਜ਼ੀ ਅਲੋਟਮੈਂਟ ਸੀ ਇਹ ਕਮ ਸੇ ਕਮ ਵੀ 3-4 ਸਾਲ ਰਹੀ। 3-4 ਸਾਲ 'ਚ ਜਿਹਨਾਂ ਲੋਕਾਂ ਦੇ ਪੱਲੇ ਇੱਥੇ ਕੁਛ ਨਹੀਂ ਸੀ ਉਹਨਾਂ ਨੇ ਹਰ ਇੰਡੀਵਿਜੁਅਲ ਦੇ ਨਾਂ 'ਤੇ 10-10 ਏਕੜ ਜ਼ਮੀਨ ਜਿਹੜੀ ਸੀ ਉਹ ਅਲੋਟ ਕਰਾ ਕੇ ਹੱਥੀਂ ਕੰਮ ਕਰਕੇ ਉਹਨਾਂ ਕੋਲ ਕਾਫ਼ੀ ਸਰਮਾਏਦਾਰ ਹੋ ਗਏ। ਅਤੇ ਜਿਹੜੇ ਸਰਦੇ ਪੁੱਜਦੇ ਲੋਕ ਇੱਧਰੋਂ ਗਏ ਸਨ ਉਹ ਈਵਨ ਜੀਵਨ ਦੇ ਨਿਰਬਾਹ ਤੋਂ ਜਿਹੜੀਆਂ ਉਹਨਾਂ ਦੀਆਂ ਜ਼ਰੂਰੀਅਤ ਸਨ ਉਹਨਾਂ ਤੋਂ ਵੀ ਮਿਲਣ। ਤੁਹਾਡੀ ਫੈਮਿਲੀ ਦੀ ਸਟਰਗਲ ਅਗਰ ਤੁਹਾਡੇ ਰਾਹੀਂ ਜਾਣੀ ਹੈ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੁਰੱਬਿਆਂ ਦੇ ਮਾਲਕਾਂ ਉੱਥੇ ਜਾ ਕੇ ਬੇਘਰ ਹੋਏ ਤੇ ਨਵੀਂ ਉੱਥੇ ਤੁਹਾਡੀ ਸ਼ੁਰੂਆਤ ਚੱਲੀ, ਤੁਸੀਂ ਕਿਹੜੇ ਸਕੂਲਾਂ ਦੇ ਵਿੱਚ ਉੱਥੇ ਪੜ੍ਹੇ, ਕਿੱਥੇ ਐਡਮਿਸ਼ਨ ਲਈ ਆ, ਕਿਹੜੇ ਏਰੀਆਜ਼ ਦੇ ਵਿੱਚ ਜਾ ਕੇ ਵਸੇ, ਕੁਛ ਪਲੀਜ਼ ਉਹਨੂੰ ਮੈਂਸ਼ਨ ਕਰੋ, ਡਿਸਟ੍ਰਿਕਟ ਔਰ ਤਹਿਸੀਲਸ ਵਗੈਰਾ। ਐਕਚੁਅਲੀ ਮੇਰੇ ਜਿਹੜੇ ਨਾਨਾ ਜੀ ਸਨ ਨਾ ਇਹ ਸਭ ਤੋਂ ਵੱਡੀ ਧੀ ਸੀ, ਮੇਰੇ ਮਦਰ ਜਿਹੜੇ ਸਨ ਉਹਨਾਂ ਤੋਂ ਸਭ ਤੋਂ ਵੱਡੀ ਲੜਕੀ ਸੀ ਉਹਨਾਂ ਦੀ, ਇਹਨਾਂ ਦਾ ਉਹਨਾਂ ਦੇ ਨਾਲ ਬਹੁਤ ਪਿਆਰ ਸੀ। ਇਸ ਕਰਕੇ ਜਿਹੜੇ ਮੇਰੇ ਮਾਮਾ ਜੀ ਸਨ ਉਹ 1947 ਦੇ ਵਿੱਚ ਗੁਜਰਾਂ ਵਾਲੇ ਉਹ ਫਸਟ ਕਲਾਸ ਮੈਜਿਸਟਰੇਟ ਸਨ ਅਤੇ ਉਹ ਜਾ ਕੇ ਅੰਮ੍ਰਿਤਸਰ ਉਹਨਾਂ ਦੀ ਪੋਸਟਿੰਗ ਹੋਈ। ਕੁਛ ਚਿਰ ਉਹਨਾਂ ਨੇ ਕੈਂਪਸ ਦੇ ਵਿੱਚ ਐਜ਼ ਏ ਕੈਂਪ ਕਮਾਂਡੈਂਟ ਐਜ਼ ਏ ਫਸਟ ਕਲਾਸ ਮੈਜਿਸਟਰੇਟ ਉਹਨਾਂ ਨੇ ਅੰਮ੍ਰਿਤਸਰ ਕੀਤਾ। ਉਹਨਾਂ ਨੂੰ ਉੱਥੇ ਆਪਣੀ ਰਿਹਾਇਸ਼ ਮਿਲੀ ਹੋਈ ਸੀ ਅਤੇ ਨੈਚੁਰਲੀ ਮੇਰੇ ਨਾਨਾ ਜੀ ਦੇ ਕਿਉਂ ਪੁੱਤਰ ਸਨ ਸਭ ਤੋਂ ਵੱਡੇ ਅਤੇ ਉਹਨਾਂ ਨੇ ਉਹਨਾਂ ਕੋਲ ਜਾ ਕੇ ਰਹਿਣਾ ਸੀ। ਜਿਹੜੀ ਮੇਰੀ ਕੈਂਬਰਿਜ ਕਾਲਜ ਅੰਮ੍ਰਿਤਸਰ ਦਾ ਇੱਕ ਸਕੂਲ ਸੀ, ਕੋਨਵੈਂਟ ਸਕੂਲ ਸੀ, ਉੱਥੋਂ ਮੈਂ ਸਿਰਫ 1.5-2 ਸਾਲ ਪੜ੍ਹਿਆ। ਉਸ ਤੋਂ ਬਾਅਦ ਅਸੀਂ ਟਾਂਡਾ ਉੜਮੁੜ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਮੇਰੇ ਨਾਨਾ ਜੀ ਨੂੰ ਜ਼ਮੀਨ ਅਲੋਟ ਹੋਈ ਸੀ, ਕਿਉਂਕਿ ਉਹਨਾਂ ਦੀ ਸ਼ੁਰੂ ਤੋਂ ਹੀ ਕਈ ਨਾਵਾਂ 'ਤੇ ਜਿਹੜੀ ਜ਼ਮੀਨ ਸੀ, ਇਸ ਕਰਕੇ ਉਹਨਾਂ ਨੂੰ ਅਲੋਟਮੈਂਟ ਅੱਛੀ ਸੀ ਉਹਨਾਂ ਦੀ 60-70 ਏਕੜ 'ਤੇ। ਅਸੀਂ 4-5 ਸਾਲ ਜਿਹੜੇ ਜ਼ਿੰਦਗੀ ਦੇ ਸ਼ੁਰੂਆਤ ਹੈ ਜਿਹੜੀ ਮੇਰੀ ਐਜੂਕੇਸ਼ਨ ਦੀ 1-1.5 ਸਾਲ ਅੰਮ੍ਰਿਤਸਰ ਤੋਂ ਇਲਾਵਾ ਉਹ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਉੜਮੁੜ ਟਾਂਡਾ ਨਾਂ ਦਾ ਇੱਕ ਕਸਬਾ ਸੀ, ਉੱਥੇ ਮੈਂ 4-5 ਸਾਲ ਜ਼ਿੰਦਗੀ ਦੇ ਆਪਣੇ ਜਿਹੜੇ ਉਹ ਸ਼ੁਰੂ ਕੀਤੇ। ਔਰ ਉਹ ਇੱਕ ਕੋਨਵੈਂਟ ਸਕੂਲ ਨਹੀਂ ਸੀ, ਆਮ ਜਿਵੇਂ ਤੱਪੜਾਂ ਵਾਲੇ ਸਕੂਲ ਹੁੰਦੇ ਨੇ। ਔਰ ਮੈਂ ਇੱਕਦਮ ਕਿਉਂਕਿ ਜਿਹੜੀ ਆਪਣੀ ਸ਼ੁਰੂਆਤ ਇੱਕ ਕੋਨਵੈਂਟ ਸਕੂਲ ਤੋਂ ਕੀਤੀ ਸੀ, ਮੈਨੂੰ ਉੱਥੇ ਜਾ ਕੇ ਇੱਕਦਮ ਐਡਜਸਟਮੈਂਟ ਦੇ ਵਿੱਚ ਕੁਛ ਪ੍ਰੋਬਲਮਸ ਆਈਆਂ। ਪਰ ਜਿੱਥੋਂ ਤੱਕ ਰੋਟੀ ਪਾਣੀ ਦਾ ਜਾਂ ਕੱਪੜੇ ਲੀੜੇ ਦਾ ਜਿਹੜਾ ਹਿਸਾਬ ਸੀ ਉਹ ਸਾਨੂੰ ਕੋਈ ਇਹੋ ਜਿਹੀ ਮੁਸ਼ਕਲਾਂ ਨਹੀਂ ਪੇਸ਼ ਆਈ, ਕਿਉਂਕਿ ਸਾਡੀ ਜਿਹੜੀ ਲੁੱਕ ਆਫਟਰ ਸੀ ਉਹ ਸਾਡੇ ਨਾਨਾ ਜੀ ਨੇ ਕੀਤੀ। ਤੁਸੀਂ ਕਿਸ ਸ਼ੋਬੇ ਨਾਲ ਵਿਵਸਥਾ ਹੋਏ, ਕਿੰਨੀ ਐਜੂਕੇਸ਼ਨ ਤੁਸੀਂ ਹਾਸਲ ਕੀਤੀ, ਇਹਦੇ 'ਤੇ ਵੀ ਕੋਈ ਪਲੀਜ਼ ਥੋੜ੍ਹਾ ਚਾਨਣ ਪਾਓ, ਫਿਰ ਅਗਲੇ ਕੁਐਸਚਨ ਵੱਲ ਵਧਣੇ। ਜਿਹੜੇ ਮੇਰੇ ਵਾਲਦਾ ਸਨ ਉਹ ਕਿਉਂਕਿ ਇੱਕ ਪੜ੍ਹੇ ਲਿਖੇ ਪਰਿਵਾਰ ਚੋਂ ਗਏ ਸਨ। ਜਿਹੜੇ ਮੇਰੇ ਨਾਨਾ ਜੀ ਸਨ ਉਹ ਕਾਮਨ ਕ੍ਰਿਸਚਨ ਕਾਲਜ ਲਾਹੌਰ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਮੇਰੇ ਕਿਹਾ 1905 ਦੇ ਵਿੱਚ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ। ਹੋ ਸਕਦਾ ਜਿਹੜੇ ਪਹਿਲੇ ਕੋਈ 20 ਕੁ ਗ੍ਰੈਜੂਏਟ ਹੋਣ ਡਿਸਟ੍ਰਿਕਟ ਲਾਹੌਰ ਦੇ ਉਹਨਾਂ 'ਚ ਉਹ ਵੀ ਹੋ ਸਕਦੇ ਨੇ। ਅਤੇ ਮੇਰੇ ਵਾਲਦਾ ਨੂੰ ਜਿਹੜਾ ਸੀ ਪੜ੍ਹਾਈ ਦਾ ਬਹੁਤ ਸ਼ੌਕ ਸੀ, ਭਾਵੇਂ ਟਾਈਮ ਬਹੁਤ ਬਦਲ ਗਏ ਸਨ। ਉਹਨਾਂ ਨੇ ਮੇਰੀ ਸਾਡੀ ਪੜ੍ਹਾਈ ਦੇ ਉੱਪਰ, ਇੱਕ ਮੇਰੇ ਐਲਡਰ ਬ੍ਰਦਰ ਸਨ ਉਹ 1939 ਬੋਰਨ ਸਨ, ਉਹਨਾਂ ਦੀ ਪੜ੍ਹਾਈ ਵੱਲ ਔਰ ਮੇਰੀ ਪੜ੍ਹਾਈ ਵੱਲ ਬਹੁਤ ਧਿਆਨ ਦਿੱਤਾ।
ਔਰ ਮੈਨੂੰ ਵੀ ਬਹੁਤ ਦਿਲਚਸਪੀ ਸੀ ਕਿਉਂਕਿ ਨਾਨਾ ਜੀ ਬੜੇ ਬੜੇ ਹੋਏ ਸਨ, ਇਸ ਕਰਕੇ ਉਹਨਾਂ ਦਾ ਵੀ ਅਸਰ ਸੀ, ਉਹਨਾਂ ਦਾ ਵੀ ਧਿਆਨ ਪੜ੍ਹਾਈ ਵੱਲ ਸੀ, ਔਰ ਮੇਰੀ ਖੁਦ ਵੀ ਮੇਰਾ ਇੰਟਰਸਟ ਬਹੁਤ ਸੀ ਪੜ੍ਹਾਈ ਦੇ ਵਿੱਚ, ਇਸ ਕਰਕੇ ਪਹਿਲਾਂ ਉਸ ਤੋਂ ਬਾਅਦ ਅਸੀਂ ਮੁਕਤਸਰ ਦੇ ਵਿੱਚ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ, ਉੱਥੇ ਵੀ ਇੱਕ ਹਾਈ ਸਕੂਲ ਸੀ, ਉੱਥੋਂ ਮੈਂ ਆਪਣੀ ਹਾਈ ਸਕੂਲ ਦੀ ਐਜੂਕੇਸ਼ਨ ਕੰਪਲੀਟ ਕੀਤੀ ਔਰ ਮੈਂ ਆਪਣੇ ਸਕੂਲ ਦੇ ਵਿੱਚ ਟੋਪ ਕੀਤਾ। ਉਸ ਤੋਂ ਬਾਅਦ ਫਿਰ ਗੌਰਮੈਂਟ ਕਾਲਜ ਲੁਧਿਆਣਾ, ਗੌਰਮੈਂਟ ਕਾਲਜ ਲਾਹੌਰ ਨੂੰ ਛੱਡ ਕੇ, ਗੌਰਮੈਂਟ ਕਾਲਜ ਲਾਹੌਰ ਇਸ ਸਾਡੇ ਵਾਲੇ ਪੰਜਾਬ ਦੇ ਵਿੱਚ ਜਿਹੜਾ ਗੌਰਮੈਂਟ ਕਾਲਜ ਲਾਹੌਰ ਸੀ ਉਹਦੀ ਬੜੀ ਇੰਪੋਰਟੈਂਸ ਸੀ ਔਰ ਬੜਾ ਅੱਛਾ ਕਾਲਜ ਸੀ, ਔਰ ਉੱਥੇ ਐਡਮਿਸ਼ਨ ਵੀ ਉਹਨਾਂ ਲੋਕਾਂ ਨੂੰ ਦਿੱਤੀ ਜਾਂਦੀ ਸੀ ਜਿਹਨਾਂ ਦੀ ਮੈਰਿਟ ਅੱਛੀ ਹੁੰਦੀ ਸੀ। ਸੋ ਮੈਂ ਆਪਣੀ ਪ੍ਰੀ ਇੰਜੀਨੀਅਰਿੰਗ ਦੀ ਪੜ੍ਹਾਈ ਉੱਥੋਂ ਕੰਪਲੀਟ ਕੀਤੀ ਅਤੇ ਜਿਹੜੀ ਗ੍ਰੈਜੂਏਸ਼ਨ ਮੈਂ ਇੰਜੀਨੀਅਰਿੰਗ ਦੀ ਕੀਤੀ ਉਹ ਮੈਂ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿਹੜੀ ਲਾਹੌਰ ਦੇ ਮੁਕਾਬਲੇ 'ਚ ਕ੍ਰੀਏਟ ਹੋਈ ਸੀ, ਉੱਥੋਂ ਮੈਂ ਇੰਜੀਨੀਅਰਿੰਗ ਦੀ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ BE ਦੀ। ਅੱਛਾ, ਐਜੂਕੇਸ਼ਨ ਕੰਪਲੀਟ ਹੋ ਗਈ। ਮੈਂ ਤੁਹਾਡੇ ਪਰਸਨਲ ਲਾਈਫ ਬਾਰੇ ਇਸ ਲਈ ਜਾਣਨਾ ਚਾਹੁੰਦਾ ਵਾਂ ਕਿ ਤੁਸੀਂ ਇੱਕ ਲਫ਼ਜ਼ ਯੂਜ਼ ਕੀਤਾ ਸੀ ਖੱਗਿਆ ਹੋਇਆ ਰੁੱਖ, ਕਿ ਉਹ ਖੱਗਿਆ ਰੁੱਖ ਕਿੱਥੇ ਕਿੱਥੇ ਜਾ ਕੇ ਲੱਗਦਾ ਹੈ ਔਰ ਫਿਰ ਉਹਦੀ ਜਿਹੜੇ ਹੈ ਉਹਦੀ ਛਾਂ, ਉਹਦਾ ਫਲ, ਉਹ ਕਿਹੜੇ ਲੋਕਾਂ ਨੇ ਮਾਣਿਆ ਔਰ ਉਸ ਰੁੱਖ ਤੇ ਕੀ ਕੀ ਬੀਤੀਆਂ, ਇਹ ਤਾਂ ਸਿਰਫ ਉਹ ਰੁੱਖ ਹੀ ਜਾਣਦਾ ਹੈ। ਉਸ ਤੋਂ ਬਾਅਦ ਫਿਰ ਕੋਈ ਜਾਬ ਲਾਈਫ ਤੁਸੀਂ ਸਟਾਰਟ ਕੀਤੀ ਜਾਂ ਆਪਣਾ ਬਿਜ਼ਨਸ ਸਟਾਰਟ ਕੀਤਾ? ਵੇਖੋ ਜੀ, ਖੱਗੇ ਰੁੱਖ ਦੀ ਇਹ ਚੀਜ਼, ਅਸੀਂ ਇੱਕ ਜਗ੍ਹਾ ਨਹੀਂ ਖੱਗੇ ਗਏ, ਪਹਿਲਾਂ ਅਸੀਂ ਅੰਮ੍ਰਿਤਸਰ ਰਹੇ, ਅੰਮ੍ਰਿਤਸਰ ਤੋਂ ਬੂਟਾ ਫਿਰ ਖੱਗਿਆ ਗਿਆ, ਕਿਉਂਕਿ ਇੱਕ ਤੁਹਾਡੀ ਫਰੈਂਡਸ਼ਿਪ ਕ੍ਰੀਏਟ ਹੁੰਦੀ ਹੈ, ਇੱਕ ਸਕੂਲ ਦਾ ਮਾਹੌਲ ਹੁੰਦਾ ਹੈ, ਇੱਕ ਐਂਬੀਅੰਸ ਹੁੰਦੀ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ 'ਤੇ ਬਹੁਤ ਅਸਰ ਛੱਡਦੀਆਂ ਨੇ। ਸੋ ਇੱਕ ਡੇਢ ਸਾਲ ਦੇ ਪੀਰੀਅਡ ਦੇ ਬਾਰੇ ਤਾਂ ਮੈਨੂੰ ਕੋਈ ਬਹੁਤੀ ਅਵੇਅਰਨੈਸ ਨਹੀਂ ਸੀ ਕਿ ਕੌਣ ਮੇਰੇ ਫਰੈਂਡਸ ਹਨ, ਕੀ ਮੈਂ ਪੜ੍ਹਿਆ ਕੀ ਨਹੀਂ ਪੜ੍ਹਿਆ। ਉਸ ਤੋਂ ਬਾਅਦ ਫੋਰਥ ਕਲਾਸ ਪ੍ਰਾਇਮਰੀ ਜਿਹੜੀ ਸੀ ਉਹ ਮੈਂ ਉਰਮਟ ਟਾਂਡਾ ਤੋਂ ਕੀਤੀ, ਔਰ ਮੈਨੂੰ ਜਿਹੜੀ ਥੋੜ੍ਹੀ ਜਿਹੀ ਅਵੇਅਰਨੈਸ ਸੀ ਉਹ ਜ਼ਿਆਦਾ ਹੈਗੀ ਹੈ ਜਦੋਂ ਮੈਂ ਪੰਜਵੀਂ ਕਲਾਸ 'ਚ ਜਾ ਕੇ ਮੁਕਤਸਰ ਸਾਹਿਬ ਤੋਂ ਸ਼ੁਰੂ ਕੀਤੀ ਆਪਣੀ। ਠੀਕ ਹੈ। ਔਰ ਇੱਕ ਸਭ ਤੋਂ ਵੱਡੀ ਇਤਰਾਜ਼ ਜੋ ਗੱਲ ਇਹ ਸੀ ਕਿ ਸਾਨੂੰ ਜਿਹੜੇ ਅਸੀਂ ਇਸ ਪੰਜਾਬ 'ਚ ਆਏ, ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ 'ਚ ਆਏ, ਉਹਨਾਂ ਨੇ ਵੀ ਸਾਨੂੰ ਆਪਣਾ ਇੱਕ ਇੰਟੈਗਰਲ ਪਾਰਟ ਨਹੀਂ ਸਮਝਿਆ, ਉਹਨਾਂ ਨੇ ਵੀ ਸਾਨੂੰ ਪਨਾਹ ਗੀਰ ਦਾ ਟੈਗ ਦਿੱਤਾ। ਹੁਣ ਤੁਹਾਡੇ ਵਾਲੇ ਇਲਾਕੇ 'ਚ ਮੈਨੂੰ ਨਹੀਂ ਪਤਾ ਕਿ ਇਹਨਾਂ ਨੂੰ ਕੀ ਟੈਗ ਮਿਲਿਆ, ਮੈਂ ਕਿਹਾ ਮੁਜ਼ਾਹਿਰ ਜਾਂ ਕੋਈ ਇਹੋ ਜਿਹਾ ਵਰਡ ਜਿਹੜਾ ਤੁਸੀਂ ਮੈਨੂੰ ਦੱਸੋ। ਇੱਥੇ ਵੀ ਪਨਾਹ ਗੀਰ ਹੀ ਬੋਲਿਆ ਗਿਆ ਜੀ, ਔਰ ਉਹ ਇੱਕ ਬੜੀ ਹਰਟਿੰਗ ਫੀਲਿੰਗ ਸੀ ਸਾਡੇ ਵਾਸਤੇ, ਇੱਕ ਜਿਵੇਂ ਕਿਸੇ ਦੇ ਮੂੰਹ 'ਤੇ ਇੱਕ ਸੁੰਨ ਮਾਰੀ ਦੈਨ, ਕਿਉਂਕਿ ਦੋਵਾਂ ਪੰਜਾਬਾਂ ਨੇ ਸਾਨੂੰ ਪੰਜਾਬੀ ਨਹੀਂ ਸਮਝਿਆ, ਸਾਨੂੰ ਇਹਨਾਂ ਨੇ ਅਜਨਬੀ ਸਮਝਿਆ ਔਰ ਅਜਨਬੀ ਟ੍ਰੀਟਮੈਂਟ ਦਿੱਤੀ। ਸਾਡੇ ਨਾਲ ਇਹਨਾਂ ਦੀ ਹੋਮੋਜੀਨਿਟੀ ਨਹੀਂ ਕ੍ਰੀਏਟ ਹੋਈ, ਮੈਂ ਤੁਹਾਡੇ ਪੰਜਾਬ ਬਾਰੇ ਨਹੀਂ ਦੱਸ ਸਕਦਾ, ਮਗਰ ਇੱਥੇ ਵੀ ਅੱਜ ਕੱਲ੍ਹ ਅਗਰ ਰਿਸ਼ਤੇਦਾਰੀ ਦੀ ਪ੍ਰੈਫਰੈਂਸ ਕੋਈ ਵੇਖੇ ਤੇ ਇੱਧਰਲੇ ਪੰਜਾਬ ਦੇ ਜਿਹੜੇ ਮੂਲ ਵਸਨੀਕ ਨੇ ਉਹ ਆਪਣੇ ਇੱਧਰ ਦੇ ਮੂਲ ਵਸਨੀਕਾਂ ਦੇ ਨਾਲ ਹੀ ਰਿਸ਼ਤਾ ਗੰਢ ਕੇ ਰਾਜ਼ੀ ਨੇ। ਔਰ ਦੂਸਰਾ ਕਾਰਨ ਇਹ ਵੀ ਹੈ ਕਿ ਇਹਨਾਂ ਦਾ ਜਿਹੜਾ ਵਿਹਾਰ ਹੈ, ਕਾਰ ਵਿਹਾਰ, ਉਹ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਸਾਡੇ ਨਾਲ ਨਹੀਂ ਮਿਲਦਾ, ਕਿਉਂਕਿ ਜੋ ਮੈਨੂੰ ਬੜੀ ਕਿਉਰਿਓਸਿਟੀ ਹੁੰਦੀ ਸੀ, ਮੈਂ ਆਪਣੇ ਮਦਰ ਤੋਂ ਪੁੱਛਦਾ ਰਹਿੰਦਾ ਸਾਂ, ਉਹਨਾਂ ਨੂੰ ਗੱਲਾਂ ਕਰਦਿਆਂ ਵੀ ਸੁਣੀਦਾ ਸੀ, ਕਿਉਂ ਉੱਥੇ ਕੋਈ ਵੀ ਰਿਸ਼ਤਾ ਜਦੋਂ ਕੋਈ ਕਿਸੇ ਦੇ ਘਰ ਕਰਨ ਜਾਂਦਾ ਸੀ ਨਾ, ਤਾਂ ਉੱਥੇ ਕੋਈ ਮੋਨੀਟਰੀ ਗੱਲ ਨਹੀਂ ਸੀ ਡਿਸਕਸ ਹੁੰਦੀ ਵੀ ਗਹਿਣਾ ਕਿੰਨਾ ਪਾਓਗੇ, ਰੋਟੀ ਕਿਹੋ ਜਿਹੀ ਖਵਾਓਗੇ, ਬੰਦੇ ਕਿੰਨੇ ਆਉਣਗੇ, ਸ਼ਰਾਬ ਦਿੱਤੀ ਜਾਏਗੀ ਜਾਂ ਨਹੀਂ ਦਿੱਤੀ ਜਾਏਗੀ। ਇਹ ਸਾਰੀਆਂ ਚੀਜ਼ਾਂ ਅੱਜ ਵੀ ਸਾਨੂੰ ਬੜੀਆਂ ਅਜੀਬ ਲੱਗਦੀਆਂ, ਕਿਉਂਕਿ ਰਿਸ਼ਤਾ ਜਿਹੜਾ ਹੈ ਉਹਦੇ ਵਿੱਚ ਪੈਸੇ ਦੀ ਮੈਂ ਬਹੁਤ ਇੰਪੋਰਟੈਂਸ ਨਹੀਂ ਸਮਝਦਾ।
ਕਿਉਂਕਿ ਇਹ ਸਾਰਾ ਜਿਹੜਾ ਜੀਵਨ ਹੈ, ਜਿਹੜੇ ਨਵੇਂ ਵਿਆਹਤਾ ਜੋੜਾ ਹੁੰਦਾ, ਉਹਨਾਂ ਨੇ ਆਪਣੀ ਵੈਲਿਊਸ 'ਤੇ ਇਹਨੂੰ ਜਿਉਣਾ ਹੁੰਦਾ। ਇਹ ਚੀਜ਼ ਇਹਨਾਂ ਦੀ ਬਹੁਤ, ਬਾਕੀ ਖਾਣ ਪੀਣ ਦਾ ਵੀ ਤਰੀਕਾ, ਕੱਪੜਿਆਂ ਦਾ ਪਾਉਣ ਦਾ ਤਰੀਕਾ ਵੀ, ਇਹ ਸਾਰਾ ਉਸ ਪੰਜਾਬ ਨਾਲੋਂ ਵੱਖ ਸੀ। ਅੱਜ ਭਾਵੇਂ ਸਾਡਾ ਪੰਜਾਬੀਅਤ ਦਾ ਕੋਈ, ਜਿਹੜੇ ਅਸੀਂ ਕੱਪੜੇ ਪਾਉਣੇ ਵੀ ਉਹ ਵੀ ਪੰਜਾਬੀਆਂ ਵਾਲੇ ਨਹੀਂ ਪਾਉਂਦੇ, ਅਸੀਂ ਅੰਗਰੇਜ਼ਾਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਨੇ। ਸਾਡੇ 'ਚ ਉਹ ਜਿਹੜੀ ਕਲਚਰਲ ਜਿਹੜਾ ਵੇਅਰ ਸੀ ਸਾਡਾ, ਜਿਹੜਾ ਅਸੀਂ ਪਾਉਂਦੇ ਸਾਂ, ਉਹ ਅਸੀਂ ਛੱਡ ਦਿੱਤਾ। ਮਗਰ ਇਹ ਇੱਕ ਐਡਜਸਟਮੈਂਟ ਜਿਹੜੀ ਅੱਜ ਵੀ ਮੈਂ ਸਮਝਦਾ ਕਿ ਐਡਜਸਟਮੈਂਟ ਅੱਜ ਵੀ ਕੰਪਲੀਟ 90% ਤੋਂ ਜ਼ਿਆਦਾ ਨਹੀਂ ਹੈਗੀ। ਅੱਛਾ, ਥੋੜ੍ਹਾ ਸਰ ਇਹ ਦੱਸੋ ਕਿ ਉੱਥੋਂ ਦਾ ਜਿਹੜਾ ਲੋਕਲ, ਇੱਥੋਂ ਜਿਹੜਾ ਉੱਥੋਂ ਦਾ ਲੋਕਲ ਹੈ ਔਰ ਇੱਕ ਇੱਥੋਂ ਦਾ ਜਿਹੜਾ ਮਾਈਗ੍ਰੇਟ ਕਰਕੇ ਗਿਆ ਵਾ, ਇਕਨੋਮਿਕ ਪੋਜੀਸ਼ਨ ਦੇ ਵਿੱਚ ਦੋਨਾਂ ਦਾ, ਜਿਹੜੇ ਸ਼ੁਰੂ ਵਾਲੀਆਂ 2-3 ਦਹਾਈਆਂ ਹਨ, ਜਿਹੜੇ ਸ਼ੁਰੂ ਵਾਲੇ 20-25 ਸਾਲ ਹਨ, ਉਸ ਤੋਂ ਬਾਅਦ ਤੇ ਲੋਕਾਂ ਨੇ ਫਿਰ ਆਪਣਾ ਆਪਣਾ ਸਟੇਬਲ ਹੁੰਦੇ ਗਏ ਨਾ, ਉਹਦੇ ਵਿੱਚ ਕਿਆ ਇਹਨਾਂ ਦੀ ਇਕਨੋਮਿਕ ਪੋਜੀਸ਼ਨ ਨੇ ਵੀ ਮੈਟਰ ਕੀਤਾ ਸੀ ਕਿ ਜਿਹੜੇ ਪਨਾਹਗੀਰ ਸੀ ਉਹ ਲੁੱਟੇ ਪੁੱਟੇ ਗਏ ਔਰ ਜਿਹੜੇ ਉੱਥੋਂ ਦੇ ਲੋਕਲ ਬੈਠੇ ਸਨ ਉਹ ਆਪਣੀਆਂ ਥਾਵਾਂ ਤੇ ਉਂਝ ਬੈਠੇ ਸਨ ਔਰ ਉਹ ਇਕਨੋਮਿਕਲੀ ਉਹ ਥੋੜੇ ਸਟਰੋਂਗ ਸਨ, ਇਸ ਲਈ ਤੇ ਨਹੀਂ ਕੋਈ ਇਹ ਜਿਹੜੀ ਦਰਮਿਆਨ ਦੇ ਵਿੱਚ ਇੱਕ ਲਕੀਰ ਖਿੱਚੀ ਗਈ ਸੀ ਇਕਨੋਮਿਕ ਪੋਜੀਸ਼ਨ ਦੀ ਵਜ੍ਹਾ ਤੁਸੀਂ, ਜਾਂ ਕਿ ਲੋਕਲ ਔਰ ਮਹਾਜਰ ਦੀ ਜਿਹੜੀ ਪਨਾਹਗੀਰ ਦੀ ਇਹ ਇਹਦੇ ਟਰਮ ਦੇ ਪਿੱਛੇ ਕੋਈ ਹੋਰ ਵਜ੍ਹਾ? ਉਹਦਾ ਕਾਰਨ ਇਹ ਸੀ ਕਿ ਜਿੰਨਾ ਧਿਆਨ ਬ੍ਰਿਟਿਸ਼ਰਸ ਨੇ ਇਸ ਨਵੀਂ ਜਿਹੜੀ ਜ਼ਮੀਨ ਇਹਨਾਂ ਨੇ ਆਬਾਦ ਕੀਤੀ ਸੀ, ਲਾਇਲਪੁਰ, ਮਿੰਟ ਗੁਮਰੀ, ਉਕਾੜਾ ਔਰ ਹੋਰ ਬਹੁਤ ਸਾਰੀ ਜਗ੍ਹਾ ਦੇ ਵਿੱਚ, ਇਹਨਾਂ ਨੇ ਜਿੰਨੀ ਵੀ ਇਰੀਗੇਸ਼ਨ ਸੀ ਉਹ ਜ਼ਿਆਦਾ ਨਹਿਰਾਂ ਦੇ ਉੱਪਰ ਮੁਨਾਸਿਬ ਸੀ, ਔਰ ਨਹਿਰਾਂ ਜਿਹੜੀਆਂ ਸਨ ਉਹ ਜ਼ਿਆਦਾ ਉਸ ਇਲਾਕੇ 'ਚ ਸਨ, ਇਰੀਗੇਸ਼ਨ ਜਿਹੜੀ ਕੈਨਾਲ ਇਰੀਗੇਸ਼ਨ ਸੀ ਉਹ ਜ਼ਿਆਦਾ ਤੁਹਾਡੇ ਵਾਲੇ ਪੰਜਾਬ 'ਚ ਜਿਹੜੇ ਜ਼ਿਆਦਾ ਸੀ, ਇੱਥੇ ਤਾਂ ਉਦੋਂ ਟਿੱਬੇ ਸਨ ਉਹ, ਇਹਨਾਂ ਨੂੰ ਅਜੇ ਕਮ ਸੇ ਕਮ ਡਿਵੈਲਪਮੈਂਟ ਕਰਨ ਦੇ ਵਿੱਚ 20 ਸਾਲ ਤੱਕ ਡਿਵੈਲਪਮੈਂਟ ਹੋਈ ਇਸ ਇਲਾਕੇ ਦੀ, ਇਕਨੋਮਿਕਲੀ ਉਹ ਬਹੁਤ ਜ਼ਿਆਦਾ ਐਡਵਾਂਸ ਨਹੀਂ ਸਨ। ਪਰ ਜਿੱਥੋਂ ਤੱਕ ਸਵਾਲ ਸੀ ਕਿ ਉਹਨਾਂ ਨੇ ਕਹਿ ਦਿੱਤਾ ਸੀ ਕਿ ਕਿਸੇ ਦੀ ਕਿੰਨੇ ਵੀ ਜ਼ਮੀਨ ਕੋਈ ਛੱਡ ਕੇ ਆਇਆ ਹੋਵੇ, ਕਿਸੇ ਨੂੰ ਵੀ ਅਸੀਂ 400-450 ਏਕੜ ਤੋਂ ਉੱਪਰ ਜ਼ਿਆਦਾ ਅਸੀਂ ਉਹਨੂੰ ਕੰਪਨਸੇਸ਼ਨ ਨਹੀਂ ਦੇ ਸਕਦੇ। ਪਰ ਇਹਨਾਂ ਲੋਕਾਂ ਕੋਲ ਤਾਂ ਕਮ ਸੇ ਕਮ ਓਨੀਆਂ ਹੀ ਜ਼ਮੀਨਾਂ ਸਨ। ਇੱਕ ਇੱਕ ਬੰਜਰ ਕਦੀਮ ਬੰਜਰ ਜ਼ਦੀਦ ਦਾ ਵੀ ਇਹੋ ਜਿਹਾ ਸੀ ਕਿ ਭਾਵੇਂ ਅਸੀਂ ਲੋਕ ਇੱਧਰ ਕਿੰਨੀ ਕਿੰਨੀ ਵੀ ਜ਼ਮੀਨ ਲਗਾਉਂਦੇ ਸਾਂ, ਜਿਹੜੀ ਇਹ ਸੀ ਬੰਜਰ ਜ਼ਦੀਦ ਅਤੇ ਬੰਜਰ ਕਦੀਮ ਦੀ ਜਿਹੜੀ ਸੀ, ਇਸ ਕਰਕੇ ਵੀ ਕਈ ਲੋਕ ਹਿੱਟ ਹੋਏ। ਤੀਸਰੀ ਚੀਜ਼, ਜਿਹੜੇ ਵੱਡੇ ਵਡੇਰੇ ਸਨ ਉਹ ਆਪਣੇ ਜਿਉਂਦਿਆਂ ਜਿਹੜੀ ਜ਼ਮੀਨ ਸੀ ਆਪਣੇ ਬੱਚਿਆਂ ਦੇ ਨਾਲ ਨਹੀਂ ਸਨ ਲਵਾਉਂਦੇ, ਇਸ ਕਰਕੇ ਜਦੋਂ ਇੱਕ ਫੈਮਿਲੀ ਯੂਨਿਟ ਜਿਹੜਾ ਸੀ ਉਹ ਇੱਕ ਫੈਮਿਲੀ ਯੂਨਿਟ 'ਤੇ ਉਹਨਾਂ ਕਹਿਤਾ ਕਿ ਵੀ ਜੇ ਕਿਸੇ ਦੀ ਇੰਨੀ ਹੈ, ਅਗਰ 20 ਏਕੜ ਹੈ ਤਾਂ ਅਸੀਂ 10 ਏਕੜ ਦੇ ਸਕਦੇ ਹਾਂ, ਤਾਂ ਇਸ ਕਰਕੇ ਸਾਡੀ ਲੈਂਡ ਹੋਲਡਿੰਗ ਜ਼ਰੂਰ ਉਹਨਾਂ ਨੂੰ ਘੱਟ ਰਹੀ, ਮਗਰ ਅਸੀਂ ਲੋਕ ਉਹਨਾਂ ਨਾਲੋਂ ਜ਼ਿਆਦਾ ਮਿਹਨਤੀ ਸਾਂ। ਔਰ ਬਿਫੋਰ ਪਾਰਟੀਸ਼ਨ ਭਾਵੇਂ ਇਹਨਾਂ ਕੋਲ ਕਿੰਨੀ ਕਿੰਨੀ ਜ਼ਮੀਨ ਵੀ ਸੀ, ਮਗਰ ਇਸ ਜ਼ਮੀਨ ਨੂੰ ਪੂਰੀ ਤਰ੍ਹਾਂ ਡਿਵੈਲਪ ਨਹੀਂ ਸਨ ਕਰ ਰਹੇ, ਔਰ ਜ਼ਮੀਨਾਂ ਓਨੀਆਂ ਪ੍ਰੋਡਕਟਿਵ ਨਹੀਂ ਸਨ ਜਿਹੜੀਆਂ ਅਸੀਂ ਇੱਥੋਂ ਲਾਇਲਪੁਰ 'ਚੋਂ, ਮਿੰਟ ਗੁਮਰੀ, ਉਕਾੜਾ ਔਰ ਡਿਸਟ੍ਰਿਕਟ ਲਾਹੌਰ ਦੀਆਂ ਜਿਹੜੀਆਂ ਜ਼ਮੀਨਾਂ ਸਨ ਮੋਸਟਲੀ ਜਿਹੜੀਆਂ ਸਨ ਕਨਾਲ ਇਰੀਗੇਟਡ ਸਨ, ਸੋ ਸਾਡੀਆਂ ਆਮਦਨਾਂ ਇਹਨਾਂ ਦੇ, ਸਾਡਾ 1 ਏਕੜ ਅਤੇ ਇਹਨਾਂ ਦੇ 20 ਏਕੜ ਜਿਹੜਾ ਸੀ ਉਹਨਾਂ ਨਾਲ ਆਮਦਨ ਇੱਕੋ ਜਿਹੀ ਸੀ, ਇਕਨੋਮਿਕ ਡਿਸਪੈਰਿਟੀ ਨਹੀਂ ਸੀ, ਮਗਰ ਜਿਹੜੀ ਹੋਲਡਿੰਗ ਦੀ ਡਿਸਪੈਰਿਟੀ ਸੀ ਉਹਦੇ ਕਰਕੇ ਵੀ ਪੀਪਲ ਡੈਫੀਨੇਟਲੀ ਸਫਰ, ਇਕਨੋਮਿਕਲੀ ਦੇ ਵਰ ਨਾਟ ਮਚ ਮੋਰ ਪ੍ਰੋਸਪਰਸ ਦੈਨ ਅਸ, ਸਾਡੇ ਨਾਲ ਕੋਈ ਬਹੁਤ ਜ਼ਿਆਦਾ ਇਹ ਅਮੀਰ ਨਹੀਂ ਸਨ, ਮਗਰ ਜਿਹੜੀ ਹੋਲਡਿੰਗ ਦੀ ਡਿਸਪੈਰਿਟੀ ਸੀ ਉਹਦੇ ਕਰਕੇ ਡੈਫੀਨੇਟਲੀ ਅਸੀਂ ਡਿਸਐਡਵਾਂਟੇਜ ਤੇ ਸਨ। ਗੁਰਜੀਤ ਸਾਹਿਬ, ਅਗਰ ਮੈਂ ਤੁਹਾਡੇ ਤੋਂ ਇਹ ਪੁੱਛਾਂ ਕਿ ਇੱਕ ਸਿੱਖ ਪੰਜਾਬੀ ਹੋਣ ਦੇ ਨਾਤੇ ਪਾਰਟੀਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ,
ਅਗਰ ਮੈਂ ਚਾਹਾਂ ਕਿ ਪਾਰਟੀਸ਼ਨ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਫਾਇਦੇ ਵੀ ਹੋਏ ਔਰ ਅਕਸਰੀਅਤ ਜਿਹੜੀ ਹੈ ਮੈਜੋਰਿਟੀ ਜਿਹੜੀ ਹੈ ਉਹਨਾਂ ਦੇ ਨੁਕਸਾਨ ਵੀ ਜੁੜੇ ਹੋਏ ਨੇ। ਇੱਕ ਸਿੱਖ ਪੰਜਾਬੀ ਹੋਣ ਦੇ ਨਾਤੇ ਜਿਹੜੇ ਲਹਿੰਦੇ ਤੋਂ ਚੜ੍ਹਦੇ ਦੇ ਇਹਨਾਂ ਨੇ ਮਾਈਗ੍ਰੇਸ਼ਨ ਕੀਤੀ, ਤੁਹਾਡੀ ਫੈਮਿਲੀ ਔਰ ਐਜ਼ ਏ ਇੰਡੀਵਿਜੂਅਲ ਤੁਹਾਨੂੰ ਇਸ ਦੇ ਕਿਹੜੇ ਫਾਇਦੇ ਹੋਏ, ਕਿਹੜੇ ਨੁਕਸਾਨ ਹੋਏ, ਇਹ ਹੋਲ ਸੁਸਾਇਟੀ ਜਿਹੜਾ ਸਿੱਖ ਪੰਜਾਬੀ ਹੈ ਉਹਦੇ ਸਾਨੂੰ ਇੱਕ ਸਮਝਣ ਦੀ ਉਹਦੀ ਜਿਹੜੀ ਪੋਜੀਸ਼ਨ ਹੈ ਉਹਦੇ ਵਿੱਚ ਵੀ ਇਹ ਮਦਦ ਕਰੇਗਾ ਤੁਹਾਡਾ ਮੇਰੇ ਕੁਐਸਚਨ ਦਾ ਜਵਾਬ ਜਿਹੜਾ। ਵੇਖੋ ਜੀ, ਰਿਲੀਜਨ ਇਸ ਕਰਕੇ ਨਹੀਂ ਮੈਟਰ ਕਰਦਾ ਜਿਹੜਾ ਹਰ ਚੌਕਾ ਪਿੰਡ ਹੈ ਤਹਿਸੀਲ ਚੂਨੀਆਂ 'ਚ ਔਰ ਡਿਸਟ੍ਰਿਕਟ ਲਾਹੌਰ ਦੇ ਵਿੱਚ ਉਹਨਾਂ ਦਿਨਾਂ 'ਚ ਆਜ ਕਸੂਰ ਦੇ ਵਿੱਚ ਜੋ ਮੇਰੀ ਪਰ ਮਾਈ ਇਨਫੋਰਮੇਸ਼ਨ ਜੀ, ਸਾਡੇ ਜਿਹੜਾ ਹਰ ਚੌਕਾ ਪਿੰਡ ਸੀ ਉਹਨਾਂ 'ਚੋਂ ਚੌਥਾ ਪੰਜਵਾਂ ਹਿੱਸਾ ਜਿਹੜੇ ਲੋਕ ਸਨ ਸਾਡੇ ਹੀ ਜਿਹੜੇ ਸਿੱਖ ਬਰਾਦਰੀ ਦੇ ਸਨ, ਅੱਜ ਤੋਂ ਚੌਥੀ ਜਾਂ ਪੰਜਵੀਂ ਪੀੜ੍ਹੀ ਉੱਪਰ ਉਹ ਜਿਹੜੇ ਸਨ ਮੁਸਲਿਮ ਕਨਵਰਟ ਹੋ ਗਏ ਸਨ। ਠੀਕ ਹੈ। ਔਰ ਜਿੱਥੋਂ ਤੱਕ ਸਾਡਾ ਕਾਰ ਵਿਹਾਰ ਸੀ ਸਾਡੇ ਉੱਥੇ ਰਿਲੀਜਨ ਦੀ ਕੋਈ ਲਾਈਨ ਨਹੀਂ ਸੀ ਆਉਂਦੀ, ਉਹ ਸਾਡੀ ਬ੍ਰਦਰਹੁੱਡ ਸੀ, ਉਹ ਸਿੱਧੂ ਸਨ ਅਸੀਂ ਵੀ ਸਿੱਧੂ ਸਾਂ। ਅੱਜ ਵੀ ਮੈਂ ਜਿਹੜਾ ਹੁਣ ਕੁਛ ਮਹੀਨੇ ਪਹਿਲਾਂ ਉਹਨਾਂ ਦੇ ਰਾਬਤੇ 'ਚ ਆਇਆ, ਮੈਂ ਸਮਝ ਲਾ ਕਿ ਜਿਹੜੀ ਸਾਡੀ ਬਰਾਦਰੀ ਇੱਥੇ ਸਿੱਖ ਬਰਾਦਰੀ ਹੈ ਉਹ ਜਿਹੜੇ ਸਾਡੀ ਬਰਾਦਰੀ ਉੱਥੇ ਹਰ ਚੌਕਾ ਰਹਿ ਗਈ ਹੈ ਉਹਨਾਂ ਦੇ ਵਿੱਚ ਮੈਂ ਜ਼ਿਆਦਾ ਆਵਾਮ ਵੇਖਣਾ, ਉੱਥੇ ਰਿਲੀਜਨ ਸਾਡੇ 'ਚ ਕੋਈ ਡਿਵਾਈਡਿੰਗ ਲਾਈਨ ਨਹੀਂ ਹੈਗੀ। ਸੋ ਇਸ ਕਰਕੇ ਰਿਲੀਜੀਅਸ ਬੇਸ 'ਤੇ ਮੈਂ ਨਹੀਂ ਕਹਾਂਗਾ, ਕਿਉਂਕਿ ਸਾਡੀ ਜਿਹੜੀ ਬ੍ਰਦਰਹੁੱਡ ਸੀ ਸਾਡੀ ਤਾਂ ਬ੍ਰਦਰਹੁੱਡ ਐਜ਼ ਸਿੱਧੂ ਸੀ, ਕਿਉਂਕਿ ਅਸੀਂ ਸੰਗਰੂਰ ਤੋਂ ਕੋਈ 3-3.5 ਸਦੀਆਂ ਪਹਿਲਾਂ ਅਸੀਂ ਇੱਥੇ ਸੰਗਰੂਰ ਤੋਂ ਜਾ ਕੇ 1.25 ਲੱਖ ਏਕੜ ਜ਼ਮੀਨ 'ਤੇ ਅਸੀਂ ਕੀਤਾ ਸੀ ਕਬਜ਼ਾ, ਜਿਹਦੇ 'ਚੋਂ 12 ਟਿੱਬੀਆਂ ਸਨ ਉਹ ਵੀ ਸਿੱਧੂਆਂ ਦੀਆਂ ਸਨ, ਜਿਹੜਾ ਹਰ ਚੌਕਾ ਪਿੰਡ ਸੀ ਉਹ ਸਾਰਾ ਹੀ ਸਾਲਮ ਸਿੱਧੂਆਂ ਦਾ ਸੀ, ਔਰ ਸਾਡੀ ਅੱਜ ਬਰਾਦਰੀ ਜਿਹੜੀ ਹੈ ਉੱਥੇ ਅੱਜ ਮੁਸਲਿਮ ਬਰਾਦਰੀ ਹੈ, ਮਗਰ ਸਾਡਾ ਉੱਥੇ ਰਿਲੀਜਨ ਨਹੀਂ ਮੈਟਰ ਕਰਦਾ, ਸਾਡੀ ਬਰਾਦਰੀ ਮੈਟਰ ਕਰਦੀ ਕਿ ਅਸੀਂ ਸਿੱਧੂ ਹਾਂ। ਠੀਕ ਹੈ। ਸੋ ਇਸ ਕਰਕੇ ਜਿਹੜੇ ਅਸੀਂ ਆਪਣੀ ਬ੍ਰਦਰਹੁੱਡ ਤੋਂ ਟੁੱਟ ਗਏ, ਜੋ ਸਾਡੀ ਸ਼ਾਨ ਸੀ, ਜੋ ਸਾਡਾ ਸ਼ਰੀਕਾ ਸੀ, ਜੋ ਸਾਡਾ ਕੁਟੁੰਬ ਸੀ, ਉਹਦਾ ਸਾਨੂੰ ਬਹੁਤ ਭਾਰੀ ਹਿੱਟ ਕੀਤਾ ਉਸ ਚੀਜ਼, ਕਿਉਂਕਿ ਰਿਲੀਜਨ ਨੂੰ ਮੈਂ ਸਮਝਣਾ ਕਿ ਪਾਰਟੀਸ਼ਨ ਤੋਂ ਬਾਅਦ ਰਿਲੀਜਨ ਇੱਕ ਤੁਹਾਡਾ ਇੰਡੀਵਿਜੁਅਲ ਚੀਜ਼ ਰਹਿ ਗਈ ਸੀ, ਰਿਲੀਜਨ ਨਹੀਂ ਮੈਟਰ ਕੀਤਾ, ਸਾਨੂੰ ਜਿਹੜੀ ਮਾਰ ਪਈ ਹੈ ਜਿਹੜਾ ਅਸੀਂ ਆਪਣਿਆਂ ਤੋਂ ਵਿਛੜ ਗਏ, ਜੋ ਅਸੀਂ ਆਪਣੇ ਹਮਸਾਇਆਂ ਤੋਂ ਵਿਛੜ ਗਏ, ਜੋ ਅਸੀਂ ਆਪਣੇ ਖੂਨ ਤੋਂ ਵਿਛੜ ਗਏ, ਜਿਹਨਾਂ ਦੇ ਨਾਲ ਸਾਡੀ ਸਦੀਆਂ ਦੀ ਸਾਂਝ ਟੁੱਟ ਗਈ, ਸਾਡੇ ਵਾਸਤੇ ਵੈਕਿਊਮ ਕ੍ਰੀਏਟ ਹੋ ਗਿਆ, ਅਸੀਂ ਆ ਕੇ ਅੱਜ ਤੱਕ ਉਸ ਵੈਕਿਊਮ ਨੂੰ ਅਸੀਂ ਫਿਲ ਨਹੀਂ ਕਰ ਸਕੇ। ਇੱਥੇ ਰਿਲੀਜਨ ਬਿਲਕੁਲ ਨਹੀਂ ਮੈਟਰ ਕਰਦਾ ਹੈ ਜੇ ਸਿੱਖ ਔਰ ਮੁਸਲਿਮ, ਮਗਰ ਜਿਹੜੀ ਸਾਂਝ ਟੁੱਟ ਗਈ ਸਾਡੀ, ਜਿਹੜਾ ਸਾਡਾ ਸ਼ਰੀਕਾ ਦੂਰ ਹੋ ਗਿਆ, ਜਿਹੜੀ ਸਾਡੀ ਦੁੱਖ ਸੁੱਖ ਦੀ ਸਾਂਝ ਸੀ ਉਹ ਅੱਜ ਤੱਕ ਇਹਨਾਂ ਨਾਲ ਅਸੀਂ ਉਹ ਐਸਟੈਬਲਿਸ਼ ਨਹੀਂ ਕਰ ਸਕੇ, ਸਾਡਾ ਸਭ ਤੋਂ ਵੱਡਾ ਲੋਸ ਹੈ। ਅੱਜ ਵੀ ਉਹ ਜਿਹੜੇ ਮੇਰੇ ਬੱਚੇ ਮੇਰੇ ਤੋਂ ਕੋਈ 60-70 ਸਾਲ ਜਾਂ 50 ਸਾਲ ਮੇਰੇ ਤੋਂ ਛੋਟੇ ਨੇ, ਜੋ ਮੈਂ ਵਾਮ ਥੋਨਾ ਚ ਵੇਖਣਾ, ਮੈਂ ਅੱਜ ਆਪਣੇ ਕੋ ਰਿਲੀਜਨਸ ਦੇ ਵਿੱਚ ਨਹੀਂ ਉਹਦੇ, ਕਿਉਂ ਇਹ ਖੂਨ ਦੀ ਸਾਂਝ ਸੀ, ਇਹ ਜੀਨ ਦੀ ਸਾਂਝ ਸੀ, ਇਹ ਦੀਨ ਦੀ ਸਾਂਝ ਨਹੀਂ ਸੀ। ਦੀਨ ਦੀ ਸਾਂਝ ਜਿਹੜੀ ਹੈ ਕਿਸੇ ਵੇਲੇ ਅਲੱਗ ਹੋ ਸਕਦੀ ਹੈ, ਮਗਰ ਖੂਨ ਦੀ ਸਾਂਝ ਸਦੀਆਂ ਤੱਕ ਪਰਸਿਸਟ ਕਰਦੀ ਹੈ। ਮੈਂ ਸਮਝਣਾ ਕਿ ਮੈਂ ਤੁਹਾਡਾ ਤਕਰੀਬਨ ਇੰਨੇ ਡਿਫਰੈਂਟ ਵੇ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ, ਪਰ ਮੇਰੇ ਤੋਂ ਮੇਰੇ ਕੋਲ ਇਸ ਤੋਂ ਕੋਈ ਆਲਟਰਨੇਟਿਵ ਤਰੀਕਾ ਨਹੀਂ ਕਿ ਮੈਂ ਤੁਹਾਡੇ ਕੁਐਸਚਨ ਦਾ ਆਨਸਰ ਦੇ ਸਕਾਂ। ਜੀ ਬਿਲਕੁਲ, ਮੈਂ ਤਾਂ ਇਹ ਕਹਿੰਦਾ ਕਿ ਮੈਂ ਜਿਸ ਵੀ ਗੈਸਟ ਨਾਲ ਗੱਲ ਕਰ ਰਿਹਾ ਹੁੰਦਾ, ਜ਼ਰੂਰੀ ਨਹੀਂ ਹੈ ਕਿ ਜੋ ਮੇਰੇ ਜ਼ੇਨ ਦੇ ਅਕਾਰਡਿੰਗਲੀ ਮੈਂ ਕੋਈ ਜਵਾਬ ਚਾਹ ਰਹੀ ਹੋਵਾਂ ਜਾਂ ਮੇਰੀ ਖਾਹਿਸ਼ ਦੇ ਅਕਾਰਡਿੰਗਲੀ ਕੋਈ ਜਵਾਬ ਹੋਵੇ ਉਹ ਮਿਲੇ। ਇਹੀ ਤਾਂ ਉਹ ਪਲੇਟਫਾਰਮ ਹੈ ਜਿੱਥੋਂ ਕੁਛ ਨਵਾਂ ਲੋਕਾਂ ਨੂੰ ਸੁਣਨ ਨੂੰ ਮਿਲਦਾ ਵਾ। ਸੋ ਇਸ ਲਈ ਤੁਸੀਂ ਸਰ ਫ੍ਰੀ ਹੋ,
ਮੇਰੇ ਕੁਐਸਚਨ ਦੇ ਜਵਾਬ ਦੇ ਵਿੱਚ ਤੁਸੀਂ ਜੋ ਕਹਿਣਾ ਚਾਹੋ ਉਹਦੇ ਤੋਂ ਮੈਂ ਵੀ ਕੁਛ ਨਵਾਂ ਸਿੱਖਾਂਗਾ ਔਰ ਮੇਰੇ ਸੁਣਨ ਵਾਲੇ ਵੀ ਸਿੱਖਣਗੇ। ਪਾਰਟੀਸ਼ਨ ਅਸੀਂ ਡਿਸਕਸ ਕਿਸੇ ਹੱਦ ਤੱਕ ਕਰ ਲਈਏ ਕਿ ਪਾਰਟੀਸ਼ਨ ਦਾ ਨੁਕਸਾਨ ਕੀ ਹੋਇਆ ਕਿ ਲੋਕਾਂ ਦੀ ਜਿਹੜੀ ਆਪਸੀ ਸਾਂਝ ਸੀ ਉਹ ਟੁੱਟੀ ਔਰ ਉਸ ਆਪਸੀ ਸਾਂਝ ਦੇ ਬਾਅਦ ਇੱਥੋਂ ਦਾ ਜੋ ਕੁਝ ਹੋਇਆ ਇੰਡੀਆ ਔਰ ਪਾਕਿਸਤਾਨ ਦੇ ਅੰਦਰ ਜਿਹੜੀ ਇੱਕ ਨਫ਼ਰਤ ਦੀ ਫਿਜ਼ਾ ਖੜੀ ਕੀਤੀ ਗਈ, ਉਸ ਨਫ਼ਰਤ ਦੀ ਫਿਜ਼ਾ ਦੇ ਅੰਦਰ ਕਿਆ ਅੱਜ ਤੁਹਾਨੂੰ ਕੋਈ ਕਮੀ ਹੁੰਦੀ ਨਜ਼ਰ ਆ ਰਹੀ ਹੈ? ਬਹੁਤ ਵੱਡੀ ਕਮੀ ਨਜ਼ਰ ਆ ਰਹੀ ਹੈ ਜੀ। ਸਭ ਤੋਂ ਵੱਡੀ ਤੇ ਇਹ ਹੈਗੀ ਹੈ ਕਿ ਜੇ ਜੇਬ ਚ ਪੈਸੇ ਨਾ ਹੋਣ ਤੇ ਸਾਂਝ ਕਰ ਦਈਏ ਤੇ ਜੀਵਨ ਕਰਦਾ। ਜਿਹੜਾ ਅਸੀਂ ਇਹ ਫਰੰਟੀਅਰ ਆਪਣੇ ਬੰਦ ਕਰਕੇ ਔਰ ਆਲਟਰਨੇਟਿਵ ਕੰਟਰੀਜ਼ ਤੋਂ ਉਹ ਚੀਜ਼ਾਂ ਅਸੀਂ ਬਹੁਤ ਮਹਿੰਗੇ ਭਾਅ ਤੇ ਲੈ ਰਹੇ ਹਾਂ। ਜਿਹੜਾ ਪੈਸਾ ਸਾਡੇ ਯੂਨਾਈਟਿਡ ਪੰਜਾਬ ਜਿਹੜਾ ਮੈਂ ਡਿਫਾਈਨ ਕਰਨਾ ਉਹ 29 ਜ਼ਿਲ੍ਹਿਆਂ ਵਾਲਾ ਜਿਹੜਾ ਪੰਜਾਬ ਹੈ ਉਹਦੀ ਗੱਲ ਕਰ ਰਿਹਾ ਮੈਂ, ਨਾ ਮੈਂ ਚੜ੍ਹਦੇ ਪੰਜਾਬ ਦੀ ਗੱਲ ਕਰ ਰਿਹਾ, ਨਾ ਮੈਂ ਲਹਿੰਦੇ ਪੰਜਾਬ ਦੀ ਗੱਲ ਕਰ ਰਿਹਾ। ਅੱਜ ਬਹੁਤ ਸਾਰੀਆਂ ਅੱਛੀਆਂ ਹਾਰਟੀਕਲਚਰਲ ਕਰੋਪਸ ਨੇ ਜਿਹੜਾ ਤੁਹਾਡੇ ਬੂਟਾ ਨਹੀਂ ਜਾ ਸਕਦਾ, ਕਈ ਜਿਹੜੀਆਂ ਇਹੋ ਜਿਹੀਆਂ ਸਪੀਸੀਜ਼ ਨੇ ਜਿਹੜੀਆਂ ਤੁਹਾਡੇ ਬਹੁਤ ਅੱਛੀਆਂ ਨੇ। ਸਾਨੂੰ ਸਭ ਤੋਂ ਵੱਡੀ ਜਿਹੜੀ ਹਿੱਟ ਹੈ ਉਹ ਇਕਨੋਮਿਕ ਹਿੱਟ, ਜਿਹੜੀ ਚੀਜ਼ ਦਾ ਫਾਇਦਾ ਸਾਨੂੰ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਹੈ, ਦੋਵੇਂ ਪੰਜਾਬ ਉਸ ਚੀਜ਼ ਤੋਂ ਵਾਂਝੇ। ਸਾਨੂੰ ਇੱਕ ਦੂਜੇ ਨਾਲ ਸਕੋਲਰ ਵੀ ਐਕਸਚੇਂਜ ਕਰਨੇ ਚਾਹੀਦੇ ਨੇ, ਸਾਡੇ ਸਾਨੂੰ ਇੱਕ ਦੂਜੇ ਨਾਲ ਪਲਾਂਟ ਮਟੀਰੀਅਲ ਵੀ ਐਕਸਚੇਂਜ ਕਰਨਾ ਚਾਹੀਦਾ ਹੈ, ਸਾਨੂੰ ਇੱਕ ਦੂਜੇ ਨਾਲ ਸਾਡਾ ਜਿਹੜਾ ਐਗਰੀਕਲਚਰਲ ਪ੍ਰੈਕਟਿਸ ਨੇ ਉਹਨਾਂ ਦੀ ਵੀ ਸਾਂਝ ਹੋਣੀ ਚਾਹੀਦੀ। ਜਦੋਂ ਤੁਹਾਨੂੰ ਕੋਈ ਭੇਡ ਪੈਂਦੀ ਹੈ ਨਾ ਜਿਹੜੀ, ਉਦੋਂ ਲੋਕੀ ਨਾ ਕੰਧਾਂ ਉੱਚੀਆਂ ਨਹੀਂ ਸਨ ਰੱਖਦੇ, ਪੁਰਾਣੇ ਜ਼ਮਾਨੇ 'ਚ ਕੰਧਾਂ ਹੁੰਦੀਆਂ ਸਨ 5-5, 6-6 ਫੁੱਟ ਉੱਚੀਆਂ, ਤਾਂ ਕਿ ਰਾਤ ਨੂੰ ਕੋਈ ਤੁਹਾਡੇ 'ਤੇ ਭੀੜ ਬਣੇ ਨਾ ਤਾਂ ਤੁਸੀਂ ਆਵਾਜ਼ ਮਾਰ ਕੇ ਇੱਕ ਦੂਜੇ ਨੂੰ ਆਖੋ ਵੀ ਆ ਬਈ ਮੇਰੇ 'ਤੇ ਆਹ ਬਿਪਤਾ ਪਈ, ਉਹ ਚੀਕ ਝੜਾ ਪਾ ਕੇ ਕੰਧਾਂ ਟੱਪ ਕੇ ਆ ਜਾਂਦੇ ਸਨ। ਅੱਛਾ ਜੀ, ਅੱਜ ਅਸੀਂ ਕੰਧਾਂ ਇੰਨੀਆਂ ਉੱਚੀਆਂ ਕਰ ਦਿੱਤੀਆਂ ਨੇ। ਮੈਂ ਸਿਰਫ ਵਾਗੇ ਵਾਲੇ ਬਾਰਡਰ ਦੀ ਕੰਧ ਦੀ ਗੱਲ ਨਹੀਂ ਕਰਦਾ, ਮੈਂ ਪਿੰਡਾਂ ਵਿੱਚ ਵੱਸਦੇ ਲੋਕਾਂ ਦੀ ਗੱਲ ਕਰਨਾ ਕਿ ਕੋਈ ਬੰਦਾ ਕਿਸੇ ਨਾਲ ਸਾਂਝ ਨਹੀਂ ਪਾ ਕੇ ਰੱਖਦੀ। ਇਹ ਸਾਰਾ ਪਾਰਟੀਸ਼ਨ ਦਾ ਆਫਟਰ ਇਫੈਕਟ ਹੈ। ਅੱਜ ਅਸੀਂ ਇੰਡੀਵਿਜੁਅਲਿਸਟ ਹੋ ਗਏ, ਸਾਡੇ 'ਚ ਕਲੈਕਟਿਵ ਜਿਹੜੀ ਇੱਕ ਬ੍ਰਦਰਹੁੱਡ ਹੈ ਉਹ ਖਤਮ ਹੋ ਗਈ। ਮੈਨੂੰ ਨਹੀਂ ਪਤਾ ਤੁਹਾਡੇ ਪੰਜਾਬ 'ਚ ਕੀ ਹਾਲ ਹੈ। ਸੇਮ ਸਿਚੁਏਸ਼ਨ। ਸਾਨੂੰ ਜਿਹੜੀ ਚੀਜ਼ ਬਸ ਸਟੇਟ ਕਰ ਰਹੀ ਹੈ ਨਾ, ਅਸੀਂ ਅੱਗੇ ਵੀ ਉਦੋਂ ਵੀ ਵੱਡੀਆਂ ਕੰਧਾਂ ਖੜੀ ਕਰੇ ਜਾਂਦੇ ਹਾਂ ਆਪਣੇ ਗੁਆਂਢੀ ਨਾਲ। ਵਾਗੇ ਦੇ ਸੋਸ਼ਲ ਬਾਰਡਰ ਜੇ ਅਸੀਂ ਕ੍ਰੀਏਟ ਕਰ ਰਿਹਾ, ਇੱਕ ਘਰ ਵਾਲਾ ਦੂਜੇ ਨੂੰ ਆਪਣਾ ਦੁਸ਼ਮਣ ਸਮਝਦਾ, ਅਸੀਂ ਜਿਹੜੇ ਅਨਹੈਲਦੀ ਕੰਪੀਟੀਸ਼ਨ 'ਚ ਪੈ ਗਏ। ਜੇ ਅੱਜ ਵੀ ਅਸੀਂ ਇੱਕ ਦੂਜੇ ਨਾਲ ਵਪਾਰ ਸ਼ੁਰੂ ਕਰ ਦਈਏ ਨਾ, ਭੁੱਖਮਰੀ ਬੰਦ ਹੋ ਜਾਏਗੀ, ਕੋਈ ਭੁੱਖਾ ਨਹੀਂ ਸੌਂਏਗਾ ਰਾਤ ਨੂੰ।